ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਜਿੱਥੇ ਮੈਂ ਕੋਟ ਆਨ ਕੋਟ ਪ੍ਰਣਾਮ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੁਨੀਆ ਦੇ ਵਿੱਚ ਇੱਕੋ ਇੱਕ ਐਸੀ ਮਿਸਾਲ ਜਿਹੜੀ ਦੂਜੇ ਧਰਮ ਨੂੰ ਬਚਾਉਣ ਵਾਸਤੇ ਦਿੱਤੀ ਗਈ ਹੋਏ, ਕੁਰਬਾਨੀ ਹੋਏ, ਔਰ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਆਪਣੇ ਹੱਥੋਂ ਲਿਖਿਆ ਕਿ ਤਿਲਕ ਜੰਜੂ ਰਾਖਾ ਪ੍ਰਭਤਾਕਾ ਕਿਨੋ ਵੱਡੋ ਕਲੋਮੇ ਸਾਕਾ। ਇਸ ਤੋਂ ਵੱਡਾ ਸਾਕਾ ਦੁਨੀਆ ਦੇ ਵਿੱਚ ਨਹੀਂ ਹੋਇਆ ਜਿਹੜਾ ਦੂਜੇ ਧਰਮ ਲਈ ਤਿਲਕ ਅਤੇ ਜੰਜੂ ਦੀ ਰਾਖੀ ਲਈ ਕੀਤਾ ਗਿਆ ਹੋਵੇ। ਔਰ ਤਿਲਕ ਜੰਜੂ ਰਾਖੀ ਕਰਕੇ ਅੱਜ ਜੇ ਅਗਰ ਮੰਦਰਾਂ ਦੇ ਵਿੱਚ ਟੱਲ ਵੱਜ ਰਹੇ ਹੈ, ਅੱਜ ਮੰਦਰਾਂ ਦੇ ਵਿੱਚ ਜੋਤ ਚੱਲ ਰਹੀ ਆ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਸਦਕਾ। ਔਰ ਇਸ ਕੁਰਬਾਨੀ ਨੂੰ ਜਿੱਥੇ ਦੁਨੀਆ ਮੰਨਦੀ ਹੈ, ਨਤਮਸਤਕ ਹੁੰਦੀ ਹੈ, ਅੱਜ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ, ਇੱਥੇ ਸੰਗਤਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ਼ਾਮਿਲ ਹੋ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਜਿੱਥੇ ਉਹਨਾਂ ਦੀ ਧੜ ਦਾ ਸੰਸਕਾਰ ਹੋਇਆ ਸੀ, ਉੱਥੇ ਤੱਕ ਸ਼ਮੂਲੀਅਤ ਪਾ ਰਹੀਆਂ। ਔਰ ਦੁਨੀਆ ਦੇ ਵਿੱਚ ਇੱਕ ਮੈਸੇਜ ਹੈ ਕਿ ਹਿਊਮੈਨਿਟੀਜ਼ ਦੀ ਅਗਰ ਗੱਲ ਕਰੀਏ ਤਾਂ ਇਸ ਤੋਂ ਵੱਡਾ ਕੋਈ ਧਰਮ ਨੇ ਕਿਸੇ ਹੋਰ ਧਰਮ ਨੂੰ ਬਚਾਉਣ ਵਾਸਤੇ ਇਹ ਕਾਰਜ ਨਾ ਕੀਤਾ ਹੋਏ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕਿਹਾ ਜਾਂਦਾ ਹੈ ਕਿ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੇ ਢਾਪੀ ਚਾਦਰ, ਇਸ ਸ੍ਰਿਸ਼ਟੀ ਦੀ ਚਾਦਰ ਬਣ ਕੇ ਜੋ ਉਹਨਾਂ ਨੇ ਇਸ ਧਰਤੀ 'ਤੇ ਪਰਉਪਕਾਰ ਕੀਤਾ, ਉਹਨਾਂ ਨੂੰ ਅਸੀਂ ਕੋਟ ਅਨਕੋਟ ਨਮਨ ਕਰਦੇ। ਦੇਖੋ, ਦਿੱਲੀ ਸਰਕਾਰ ਨੇ ਇਹਦੀ ਇੱਕ ਜਿਹੜੀ ਫਿਕਸ ਡੇਟ ਪਹਿਲੇ ਜਦ ਕੀਤੀ ਗਈ ਸੀ, ਜਦ ਨਾਨਕ ਸ਼ਾਹੀ ਕੈਲੰਡਰ ਦਾ ਇਹ ਰੌਲਾ ਪਿਆ ਸੀ, 24 ਨਵੰਬਰ ਦੀ ਉਹਨਾਂ ਨੇ ਫਿਕਸ ਕੀਤੀ ਹੋਈ ਹੈ। ਅਸੀਂ ਸਰਕਾਰਾਂ ਨੂੰ ਚਿੱਠੀਆਂ ਪੱਤਰ ਵੀ ਲਿਖਿਆ, ਉਹਨਾਂ ਨਾਲ ਗੱਲਬਾਤ ਚੱਲ ਰਹੀ ਆ। ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਸਾਲ ਤੱਕ ਇਹਨੂੰ ਪੂਰਾ ਕਵਰ ਕਰਾਵਾਂਗੇ, ਕਿਉਂਕਿ ਇਹ ਦੁਖਾਂਤ ਹੈ ਕਿ ਦਿੱਲੀ ਦੇ ਵਿੱਚ ਜਿਹੜੇ ਪ੍ਰਬੰਧਕ ਰਹੇ ਹੈ ਆਪਣੇ ਸਮੇਂ ਦੇ ਵਿੱਚ, ਜਿਨ੍ਹਾਂ ਨੇ ਦੋ ਦੋ ਸੰਗਰਾਂ ਦਾ, ਦੋ ਦੋ ਗੁਰਪੁਰਬ ਬਣਾਇਆ, ਮੇਰਾ ਭਾਵ ਸਰਨਾ ਭਰਾਵਾਂ ਵਾਲਾ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦਿੱਲੀ ਦੀ ਸੰਗਤ ਨੂੰ ਗੁੰਮਰਾਹ ਕੀਤਾ, ਇਸੇ ਤਰੀਕੇ ਨਾਲ ਸਰਕਾਰਾਂ ਵੀ ਗੁੰਮਰਾਹ ਹੋ ਰਹੀਆਂ। ਇਹਦੇ 'ਚ ਮੈਂ ਸਮਝਦਾ ਕਿ ਸਰਕਾਰਾਂ ਦਾ ਇੰਨਾ ਦੋਸ਼ ਨਹੀਂ ਜਿੰਨਾ ਇਹਨਾਂ ਪੰਥ ਦੋਖੀਆਂ ਦਾ ਦੋਸ਼ ਹੈ। ਸੋ ਇਸ ਕਰਕੇ ਮੈਨੂੰ ਉਮੀਦ ਹੈ ਕਿ ਅਸੀਂ ਅਗਲੇ ਸਾਲ ਤੱਕ ਸਰਕਾਰ ਨੂੰ ਸਮਝਾ ਸਕਾਂਗੇ ਕਿ ਜਿਹੜਾ ਅਸਲੀ ਨਾਨਕ ਸ਼ਾਹੀ ਕੈਲੰਡਰ ਦੇ ਅਧੀਨ, ਜਿਹੜਾ ਅਕਾਲ ਤਖਤ ਸਾਹਿਬ ਦੇ ਅਧੀਨ ਚੱਲ ਰਿਹਾ, ਜਿਹੜੇ ਪੁਰਬ ਉਹਦੇ ਕਹਿਣ ਦੇ ਉੱਤੇ ਜਿਸ ਤਰੀਕੇ ਦੇ ਨਾਲ ਦਿੱਲੀ ਕਮੇਟੀ ਬਣਾਉਂਦੀ ਹੈ, ਤੁਹਾਨੂੰ ਛੁੱਟੀਆਂ ਵੀ ਉਸੇ ਆਧਾਰ 'ਤੇ ਕਰਨੀਆਂ ਚਾਹੀਦੀਆਂ, ਨਾ ਕਿ ਇਹ ਅਖੋਦੀ ਜਿਹੜੇ ਲੋਕ ਨੇ ਇਹਨਾਂ ਕਰਕੇ ਕਰਨੀ ਚਾਹੀਦੀ। ਸੋਚ ਰਿਹਾ ਔਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਹਾਦਤ ਦਾ ਦਿਹਾੜਾ ਹੈਗਾ, ਤਕਰੀਬਨ 348 ਸਾਲ ਹੋ ਗਏ ਉਹਨਾਂ ਨੂੰ ਸ਼ਹਾਦਤ ਨੂੰ, ਔਰ ਇਹ ਸ਼ਹਾਦਤ ਕਿਸੇ ਲੋਭ ਲਾਲਚ ਲਈ, ਕਿਸੇ ਰਾਸ਼ੀ ਸੱਤਾ ਲਈ ਨਹੀਂ ਸੀ। ਇਹ ਸ਼ਹਾਦਤ ਸੀ ਹਿੰਦੁਸਤਾਨ ਦੇ ਵਿੱਚ ਜਿਸ ਜਿਸ ਵਕਤ ਕਿਸੇ ਦੇ ਧਰਮ 'ਤੇ ਹਮਲਾ ਹੁੰਦਾ, ਉਸ ਹਮਲੇ ਨੂੰ ਰੋਕਣ ਦੇ ਲਈ, ਉਸ ਨੂੰ ਨਿਫਤੋ ਨਬੂਦ ਕਰਨ ਦੀ ਜਿਹੜੀ ਸਰਕਾਰਾਂ ਦੀ ਚਾਲ ਸੀ, ਉਸ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸ਼ਹਾਦਤ ਦਿੱਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਵਰਗੀ ਸ਼ਹਾਦਤ ਦਸਮ ਪਾਤਸ਼ਾਹ ਦੇ ਮੁਖਾਰਬਿੰਦ ਦੇ ਲਫਜ਼ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਹਾਨ, ਹੈ ਹੈ ਸਭ ਜਗ ਪਿਓ ਜੈ 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 ਸੁਰਲੋਕ, ਉੱਪਰ ਤੱਕ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਜਿਹੜੇ ਦੇਵੀ ਦੇਵਤੇ ਪੈਗੰਬਰ ਬੈਠੇ ਸਨ ਉਹਨਾਂ ਨੇ ਸਲਾਮ ਮਾਰ ਕੀਤੀ ਸੀ। ਕਿਸ ਵਾਸਤੇ ਕੀਤੀ ਸੀ? ਪਰ ਅਫਸੋਸ ਇਸ ਗੱਲ ਦਾ ਹੈ, ਜਿਸ ਧਰਮ ਨੂੰ ਬਚਾਉਣ ਦੇ ਲਈ ਅੱਜ ਉਹ ਰਾਜੇ ਬਣ ਕੇ ਰਾਜ ਕਰ ਰਹੇ ਹਨ, ਅਤੇ ਸਿੱਖਾਂ ਦੀ ਇਤਨੀ ਵੱਡੀ, ਸਿੱਖ ਗੁਰੂ ਸਮਾਨ ਦੀ ਇਤਨੀ ਵੱਡੀ ਕੁਰਬਾਨੀ ਨੂੰ ਉਹ ਮੰਨ ਨਹੀਂ ਰਹੇ। ਕੁਛ ਸਮੇਂ ਦੇ ਵਿੱਚ ਜਿਹੜੇ ਸਿੱਖਾਂ 'ਤੇ ਜ਼ੁਲਮ ਹੋਏ, ਉਸਦੇ ਆਵਾਜ਼ ਉਠਾਉਣ ਵਾਲੇ ਅੱਜ ਸਿੱਖ ਕੈਦ ਹਨ, 33 ਸਾਲ ਦੇ ਕੈਦ ਭੁਗਤ ਰਹੇ ਹਨ। ਇੱਕ ਮੌਕਾ ਬਣਿਆ ਸੀ 20 ਦਸੰਬਰ ਨੂੰ, ਪਰ ਕਹਿੰਦੇ ਨਾ ਜਿਹੜਾ ਲੱਕੜ ਨੂੰ ਕੱਟਦਾ ਹੈ ਉਹਦੇ ਜਿਹੜੀ ਮੁੱਠ ਹੁੰਦੀ ਉਹ ਲੱਕੜ ਦੀ ਹੁੰਦੀ ਹੈ, ਕੁਹਾੜੀ ਦੇ ਵਿੱਚ ਉਹਦੇ ਬਗੈਰ ਨਹੀਂ ਕੱਟੀ ਜਾ ਸਕਦੀ। ਅੱਜ ਕੁਹਾੜੀ ਜਿਹੜੀ ਬਣੀ
ਲੱਕੜ ਜਿਹੜੀ ਇਸਤੇਮਾਲ ਕੀਤੀ ਗਈ, ਮੈਂ ਅੱਜ ਦੇ ਦਿਹਾੜੇ ਨਾਂ ਨਹੀਂ ਲੈਣਾ ਚਾਹੁੰਦਾ। ਉਹਨਾਂ ਨੇ 20 ਦਸੰਬਰ ਨੂੰ ਤਾਰ ਪੀਡੋ ਕਰਕੇ ਜਿਹੜਾ ਮਸਲੇ ਨੂੰ ਸੁਲਝਾਉਣ ਦੇ ਲਈ ਹੋਣਾ ਸੀ ਇੱਕ ਬਹੁਤ ਵੱਡਾ ਇਕੱਠ, ਉਸਨੂੰ ਤਾਰ ਪੀਡੋ ਕੀਤਾ ਔਰ ਸਰਕਾਰ ਦੇ ਕਹਿਣ 'ਤੇ ਕੀਤਾ। ਪਰ ਮੈਂ ਸਰਕਾਰ ਨੂੰ ਅੱਜ ਕਹਿਣਾ ਚਾਹੁੰਦਾ ਵਾਂ ਕਿ ਤੁਸੀਂ ਅੱਜ ਅਕ੍ਰਿਤਕਣਤਾ ਦਾ ਸਬੂਤਾਂ ਦਿਓ, ਸਿੱਖਾਂ ਦੀ ਇਸ ਹੱਕੀ ਮੰਗ ਨੂੰ ਮੰਨ ਕੇ ਸਿੱਖ ਗੁਰੂਆਂ ਪ੍ਰਤੀ ਆਪਣੀ ਸ਼ਰਧਾ ਅਤੇ ਸਤਿਕਾਰ ਪੇਟ ਕਰੋ, ਸਾਰੇ ਬੰਦੀ ਸਿੰਘ ਰਿਹਾ ਕਰੋ ਔਰ ਰਾਜੋਵਾਣਾ ਦੀ ਜਿਹੜੀ ਫਾਂਸੀ ਸਜ਼ਾ ਹੈ ਉਸ ਨੂੰ ਉਮਰ ਕੈਦ ਬਦਲੋ ਅਤੇ ਸਤਿਗੁਰ ਤੁਹਾਡੇ 'ਤੇ ਮਿਹਰ ਕਰਨ, ਵਰਨਾ ਲੰਬਾ ਸਮਾਂ ਰਾਜ ਕਰਨਾ ਬੜਾ ਮੁਸ਼ਕਲ ਹੈ। ਦੇਖੋ, ਨੌਵੇਂ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਐਸੀ ਸ਼ਹਾਦਤ ਹੈ, ਲਸਾਨੀ ਸ਼ਹਾਦਤ, ਜਿਸਦਾ ਕੋਈ ਵਰਣਨ ਕਿਸੇ ਜ਼ਿਕਰ ਪੂਰੇ ਸੰਸਾਰ ਭਰ ਦੇ ਪੁਰਾਤਨ ਇਤਿਹਾਸ ਦੇ ਵਿੱਚ ਕਿਤੇ ਨਹੀਂ ਆਏਗਾ ਕਿ ਕਿਸੇ ਧਰਮ ਨੂੰ ਬਚਾਉਣ, ਦੂਸਰੇ ਧਰਮ ਨੂੰ ਬਚਾਉਣ ਦੀ ਖਾਤਰ ਕਿਸੇ ਨੇ ਸ਼ਹਾਦਤ ਦਿੱਤੀ ਹੋਵੇ। ਔਰੰਗਜ਼ੇਬ ਨੇ ਇਹ ਫੈਸਲਾ ਕਰ ਲਿਆ ਸੀ ਕਿ ਹਿੰਦੂ ਧਰਮ ਖਤਮ ਕਰ ਦੇਣਾ ਇਸ ਦੇਸ਼ ਦੇ ਵਿੱਚੋਂ, ਔਰ ਉਹ ਸਵਾ ਮਨ ਜਨੇਊ ਉਤਾਰ ਕੇ ਜਿਹੜਾ ਆਪਣਾ ਰੋਟੀ ਖਾਂਦਾ ਸੀ, ਭੋਜਨ ਕਰਦਾ ਸੀ। ਕਸ਼ਮੀਰੀ ਪੰਡਿਤਾਂ ਨੇ ਦੁਖੀ ਹੋ ਕੇ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਔਰੰਗਜ਼ੇਬ ਨੂੰ ਕਹਿ ਦਿਓ ਕਿ ਅਗਰ ਗੁਰੂ ਤੇਗ ਬਹਾਦਰ ਸਾਹਿਬ ਦਾ ਧਰਮ ਤਬਦੀਲ ਕਰ ਦੇਗਾ ਤਾਂ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ। ਲੇਕਿਨ ਔਰੰਗਜ਼ੇਬ ਦੇ ਜ਼ੁਲਮ ਦੇ ਖਿਲਾਫ, ਉਸ ਦੀਆਂ ਨੀਤੀਆਂ ਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਰਾ ਦਿੱਤਾ ਔਰ ਚਾਂਦਨੀ ਚੌਕ ਵਿਖੇ ਤਿਲਕ ਜੰਜੂ ਨੂੰ ਬਚਾਉਣ ਦੇ ਲਈ, ਹਿੰਦੂ ਧਰਮ ਨੂੰ ਬਚਾਉਣ ਦੇ ਲਈ, ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ। ਔਰੰਗਜ਼ੇਬ ਆਪਣੇ ਮਕਸਦ ਦੇ ਵਿੱਚ ਫੇਲ ਹੋਇਆ। ਇਸ ਦੇਸ਼ ਦਾ ਧਰਮ ਅੱਜ ਅਗਰ ਵੱਧ ਫੁੱਲ ਰਿਹਾ ਹੈ, ਅੱਜ ਅਗਰ ਮੰਦਰਾਂ ਦੇ ਵਿੱਚ ਘੜਿਆਲ ਘੰਟੀਆਂ ਖੜਕ ਰਹੀਆਂ, ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਬਦੌਲਤ ਹੈ। ਇਸ ਦੇਸ਼ ਦੇ ਅੱਜ ਬੱਚੇ ਬੱਚੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਲਸਾਨੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਆ, ਨਮਨ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਇਸ ਮਹਾਨ ਸ਼ਹਾਦਤ ਨੂੰ। ਔਰ ਨਗਰ ਕੀਰਤਨ ਦੇ ਵਿੱਚ ਸੰਗਤਾਂ ਬੜੇ ਪਿਆਰ ਸਤਿਕਾਰ ਅਤੇ ਉਤਸ਼ਾਹ ਦੇ ਨਾਲ ਸ਼ਾਮਿਲ ਹੋ ਰਹੀਆਂ ਔਰ ਬਹੁਤ ਹੀ ਸ਼ਰਧਾ ਹੈ ਸੰਗਤਾਂ ਦੇ ਪ੍ਰਤੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦਿੱਲੀ ਦੇ ਵਿੱਚ ਸ਼ਹਾਦਤ ਦਿੱਤੀ ਸੀ। ਖਾਸ ਕਰਕੇ ਦਿੱਲੀ ਦੀ ਸੰਗਤ, ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੀ ਹੋਵੇ, ਸਾਰਿਆਂ ਦਾ ਬਹੁਤ ਜ਼ਿਆਦਾ ਸਤਿਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਤੀ। ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਨੌਵੇਂ ਗੁਰੂ ਨੇ, ਉਹਨਾਂ ਦੀ ਸ਼ਹਾਦਤ ਹੋਈ ਕੱਲ੍ਹ ਦੇ ਦਿਨ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ। ਇਹ ਗੁਰੂਆਂ ਸਾਹਿਬਦਿਆਂ ਦੀਆਂ ਸ਼ਹਾਦਤਾਂ ਦਾ ਦੀ ਕੁਰਬਾਨੀਆਂ ਦਾ ਦਿੱਤਾ ਹੀ ਆਪਾਂ ਖਾ ਰਹੇ ਹਾਂ। ਸਾਰੀ ਕੌਮ ਜੋ ਅੱਜ ਆਨੰਦ ਮਾਣ ਰਹੀ ਹੈ, ਇਹ ਕੇਵਲ ਉਹਨਾਂ ਸ਼ਹਾਦਤਾਂ ਕਰਕੇ ਬਾਗ ਫਲ ਰਿਹਾ। ਔਰ ਗੁਰੂ ਸਾਹਿਬ ਦਾ ਇੱਕ ਦਰ ਇਹੋ ਜਿਹਾ ਕਿ ਇੱਥੇ ਕੋਈ ਵੀ ਆ ਜਾਏ, ਗੁਰੂ ਸਾਹਿਬ ਉਹਨਾਂ ਨੂੰ ਖਾਲੀ ਨਹੀਂ ਤੋੜਦੇ। ਗੁਰੂ ਸਾਹਿਬ ਤੋਂ ਅਗਰ ਬਲੀਦਾਨ ਵੀ ਮੰਗ ਲਿਆ, ਗੁਰੂ ਸਾਹਿਬ ਨੇ ਮਨਾ ਨਹੀਂ ਕੀਤਾ, ਇੱਕ ਦੂਜੀ ਕੌਮ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦੇ ਦਿੱਤਾ। ਕਿਸੇ ਨੇ ਬੜਾ ਸੋਹਣਾ ਲਿਖਿਆ ਸੀਗਾ ਕਿ ਜਾਓ ਬੱਚਿਓ ਘਰ ਜਾਓ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ, ਬੁਝ ਰਹੇ ਭਾਰਤ ਦੇਸ਼ ਦੇ ਦੀਵੇ ਅੰਦਰ ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਪਾਇਆ ਤੇਲ ਲਹੂ ਦਾ। ਤਾਂਹੀਓ ਅੱਜ ਭਾਰਤ ਦੇਸ਼ ਦਾ ਦੀਵਾ ਬਲ ਰਿਹਾ, ਹਿੰਦੁਸਤਾਨ ਦੇ ਮੰਦਰਾਂ ਦੇ ਵਿੱਚ ਅੱਜ ਵੀ ਤੇਲ ਗੁਰੂ ਤੇਗ ਬਹਾਦਰ ਸਾਹਿਬ ਦੇ ਲਹੂ ਦਾ ਬਲ ਰਿਹਾ। ਆਪਾਂ ਜੇ ਉਹਨਾਂ ਦੀ ਦਿੱਤੀਆਂ ਸ਼ਹਾਦਤਾਂ ਦਾ ਖਰਚਾ ਖਾਈ ਜਾਂਦੇ ਹਾਂ, ਆਪਾਂ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਤੋਂ ਦੀ ਪ੍ਰਣ ਲਈਏ, ਆਪਾਂ ਅਜਾਇਆ ਨਾ ਜਾਣ ਦਈਏ, ਆਪਾਂ ਕਿਰਤ ਘਾਣ ਨਾ ਬਣੀਏ, ਅਹਿਸਾਨ ਫਰਾਮੋਸ਼ ਨਾ ਬਣੀਏ। ਜਿਨ੍ਹਾਂ ਦੇ ਵਾਸਤੇ ਉਹਨਾਂ ਨੇ ਜਿਹੜੀਆਂ ਕੌਮਾਂ ਦੇ ਵਾਸਤੇ ਸ਼ਹਾਦਤਾਂ ਦਿੱਤੀਆਂ ਉਹ ਭਾਵੇਂ ਭੁੱਲ ਗਈਆਂ, ਹੁਣ ਮੈਂ ਵੇਖ ਰਿਹਾ ਸਾਡੇ ਸਿੱਖ ਵੀ ਭੁੱਲਦੇ ਜਾਂਦੇ ਨੇ। ਐਸ਼ ਪ੍ਰਸਤੀ ਦੇ ਵਿੱਚ ਇੰਨਾ ਚਲੇ ਗਏ, ਇੰਨੀਆਂ ਖੁਸ਼ੀਆਂ ਮਾਣ ਰਹੇ ਨੇ,
ਉਹਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਹੀ ਭੁੱਲ ਗਏ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ। ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਸੀ ਇੱਕ ਦੂਜੇ ਧਰਮ ਨੂੰ ਬਚਾਉਣ ਵਾਸਤੇ। ਸਾਡੇ ਸਿੱਖ ਆਪਣੇ ਧਰਮ ਨੂੰ ਬਚਾਉਣ ਵਾਸਤੇ ਕੋਈ ਮੌਜਬੰਦੀ ਨਹੀਂ ਕਰ ਰਹੇ, ਆਪਣੇ ਧਰਮ ਨੂੰ ਬਚਾਉਣ ਵਾਸਤੇ ਕੋਈ ਪਲਾਨਿੰਗ ਸਾਡੇ ਸਿੱਖਾਂ ਦੀ ਨਹੀਂ। ਮੈਂ ਸਾਰਿਆਂ ਸਿੱਖਾਂ ਨੂੰ ਬੇਨਤੀ ਕਰਦਾ, ਜਿੱਥੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਆਪਣੀ ਕੌਮ ਨੂੰ ਬਚਾਉਣ ਵਾਸਤੇ ਵੱਧ ਤੋਂ ਵੱਧ ਉਪਰਾਲੇ ਕਰੋ, ਆਪਣੇ ਗਰੀਬ ਸਿੱਖਾਂ ਦੀ ਬਾਂਹ ਫੜੋ, ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ। ਫਾਲਤੂ ਦੇ ਪੈਸੇ ਖਰਚ ਕਰਨੇ ਨਗਰ ਕੀਰਤਨਾਂ ਦੇ ਵਿੱਚ, ਵੱਧ ਤੋਂ ਵੱਧ ਸਟਾਲਾਂ ਦੇ ਉੱਤੇ ਖਰਚਣੇ ਬੰਦ ਕਰੋ, ਪੈਸਾ ਬਚਾਓ, ਆਪਣੇ ਬੱਚਿਆਂ ਨੂੰ ਪੜ੍ਹਾਓ, ਆਪਣੀ ਕੌਮ ਨੂੰ ਅੱਗੇ ਵਧਾਓ, ਤਾਂ ਸਾਡੀ ਕੌਮ ਪ੍ਰਫੁੱਲਤ ਹੋਵੇਗੀ। ਗੁਰੂ ਸਾਹਿਬ ਦਾ ਦਿੱਤਾ ਪ੍ਰਣ ਜੇ ਆਪਾਂ ਅੱਜ ਸਾਰੇ ਲੈ ਲਈਏ, ਤਾਂ ਗੁਰੂ ਸਾਹਿਬ ਦੇ ਦਿਹਾੜੇ ਮਨਾਏ ਸਫਲੇ ਹੋਣਗੇ। ਆਪਣੀ ਕੌਮ ਨੂੰ ਜੇ ਆਪਾਂ ਬਣਾਉਣ ਵਾਸਤੇ ਕੋਈ ਵਿਉਂਤਬੰਦੀ ਨਹੀਂ ਕੀਤੀ, ਤਾਂ ਸਾਨੂੰ ਸਿੱਖ ਲੱਭਣੇ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ। ਵੈਸੇ ਤਾਂ ਗੁਰੂ ਸਾਹਿਬਾਂ ਦੀਆਂ ਦਿੱਤੀਆਂ ਸ਼ਹਾਦਤਾਂ ਨੇ, ਸਾਡਾ ਸਿੱਖ ਹਮੇਸ਼ਾ ਪ੍ਰਫੁੱਲ ਹਮੇਸ਼ਾ ਪ੍ਰਫੁੱਲਤ ਰਹੇਗੀ, ਮਗਰ ਸਿੱਖ ਨਾ ਭੁੱਲਣ ਇਸ ਗੱਲ ਨੂੰ। ਸੋ ਜਿੱਥੇ ਆਪਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ਼ਹਾਦਤ ਦਾ ਦਿਹਾੜਾ ਮਨਾ ਰਹੇ ਹਾਂ, ਉੱਥੇ ਮੈਂ ਗੁਰੂ ਸਾਹਿਬ ਨੂੰ ਇਹ ਬੇਨਤੀ ਵੀ ਕਰਦਾ ਕਿ ਸਾਡੇ ਸਾਰਿਆਂ ਸਿੱਖਾਂ ਦੇ ਉੱਪਰ, ਮੇਰੇ ਉੱਪਰ ਵੀ ਸਾਰਿਆਂ ਸਿੱਖਾਂ ਦੇ ਉੱਪਰ ਉਹ ਹੱਥ ਰੱਖਿਓ ਜਿਹੜਾ ਕੱਲ੍ਹ ਵਾਲੇ ਦਿਨ ਉਹਨਾਂ ਸਿੱਖਾਂ 'ਤੇ ਰੱਖਿਆ ਸੀ, ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ 'ਤੇ, ਜਿਹੜੇ ਡੋਲੇ ਨਹੀਂ ਸ਼ਹਾਦਤਾਂ ਪ੍ਰਾਪਤ ਕਰ ਗਏ, ਆਪਣੇ ਸਿਰ 'ਤੇ ਆਰਾ ਚਰਵਾ ਲਿਆ, ਰੂਈ ਦੇ ਵਿੱਚ ਲਪੇਟੇ ਗਏ, ਦੇਗਾਂ ਵਿੱਚ ਉਬਾਲੇ ਖਾ ਲਏ, ਮਗਰ ਸਿੱਖੀ ਸਿਦਕ ਤੋਂ ਨਹੀਂ ਡੋਲੇ। ਸਾਡੇ ਸਿਰਾਂ ਦੇ ਉੱਪਰ ਵੀ ਗੁਰੂ ਸਾਹਿਬ ਸਾਡੇ ਇਹੋ ਜਿਹਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਾਸ਼ਾਨੀ ਸ਼ਹਾਦਤ 'ਤੇ ਕੋਟਿ ਕੋਟਿ ਪ੍ਰਣਾਮ। ਅੱਜ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਆਪਣੇ ਬੱਚਿਆਂ ਦੇ ਨਾਲ ਜੱਥਾ ਲੈ ਕੇ ਇਸ ਨਗਰ ਕੀਰਤਨ 'ਚ ਸ਼ਾਮਿਲ ਹੋਇਆ ਹੈ। ਅੱਜ ਦਾ ਜਿਹੜਾ ਮੇਨ ਮਕਸਦ ਹੈਗਾ ਸੀ ਪੁਰਾਣੇ ਬੱਚਿਆਂ ਨੂੰ ਜੋੜਨਾ, ਅਸੀਂ 2016 ਤੋਂ ਲੈ ਕੇ 2019 ਤੱਕ ਦੇ ਬੱਚਿਆਂ ਨੂੰ ਆ ਸਪੈਸ਼ਲ ਵਾਲੰਟੀਅਰ ਬਣਾਇਆ ਹੈ ਔਰ ਉਹਨਾਂ ਨੂੰ ਇੱਕ ਸਪੈਸ਼ਲ ਐਲਮਨੀ ਵਾਲੰਟੀਅਰ ਦਾ ਬੈਚ ਦਿੱਤਾ ਹੈ ਤਾਂ ਕਿ ਅਸੀਂ ਵਿਰਾਸਤ ਨੂੰ ਨਾਲ ਜੋੜੀਏ। ਔਰ ਸਕੂਲ ਦੀ ਵਿਰਾਸਤ ਹੁੰਦੀ ਆ ਸਕੂਲ ਦੇ ਬੱਚੇ, ਔਰ ਅੱਜ ਅਸੀਂ ਉਹਨਾਂ ਸਾਰੇ ਬੱਚਿਆਂ ਨੂੰ ਆਪਣੇ ਦੇ ਨਾਲ ਜੋੜਿਆ ਹੈ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ।